ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਸੰਗਤ ਜੀ, ਅੱਜ ਦੀ ਵੀਡੀਓ ਦੇ ਵਿੱਚ ਆਪਾਂ ਮਹਾਂਪੁਰਖਾਂ ਦੇ ਵੱਲੋਂ ਸਮਝਾਏ ਹੋਏ ਬੜੇ ਹੀ ਕੀਮਤੀ, ਬੜੇ ਪਿਆਰੇ ਬਚਨ ਆਪ ਜੀ ਦੇ ਨਾਲ ਸਾਂਝੇ ਕਰਨ ਜਾ ਰਹੇ ਹਾਂ, ਜਿਨ੍ਹਾਂ ਨੂੰ ਸੁਣਨ ਤੋਂ ਬਾਅਦ ਸਾਡੀ ਜ਼ਿੰਦਗੀ ਪੂਰੀ ਤਰ੍ਹਾਂ ਦੇ ਨਾਲ ਬਦਲ ਸਕਦੀ ਆ। ਇਹ ਬਚਨ ਸਾਡੇ ਬਹੁਤ ਕੰਮ ਆਉਣ ਵਾਲੇ ਆ, ਇਸ ਕਰਕੇ ਆਪ ਜੀ ਇਸ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ। ਅਤੇ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੀ, ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ। ਅਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ। ਤਾਂ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ। ਸੰਗਤ ਜੀ, ਸਭ ਤੋਂ ਪਹਿਲਾਂ ਆਪਾਂ ਆਪ ਜੀ ਦੇ ਨਾਲ ਇੱਕ ਨਿੱਕੀ ਜਿਹੀ ਕਹਾਣੀ ਸਾਂਝੀ ਕਰਾਂਗੇ। ਇਹ ਕਹਾਣੀ ਦੀ ਸਿੱਖਿਆ ਬਹੁਤ ਵੱਡੀ ਆ। ਅਕਸਰ ਮਹਾਂਪੁਰਖ ਜੀ ਸਾਨੂੰ ਸਮਝਾਉਣ ਦੇ ਲਈ ਇਹ ਕਹਾਣੀ ਸੁਣਾਉਂਦੇ ਨੇ। ਕਹਿੰਦੇ ਇੱਕ ਵਾਰ ਦੀ ਗੱਲ ਆ, ਇੱਕ ਪਿੰਡ ਦੇ ਵਿੱਚ ਇੱਕ ਮਨੁੱਖ ਰਹਿੰਦਾ ਸੀ। ਉਹ ਮਨੁੱਖ ਨੇ ਸਾਰੀ ਉਮਰ ਪਾਠ ਪੂਜਾ ਨਹੀਂ ਕੀਤੀ, ਭਜਨ ਬੰਦਗੀ ਨਹੀਂ ਕੀਤੀ। ਕਹਿੰਦੇ ਬਸ ਸਵੇਰ ਤੋਂ ਲੈ ਕੇ ਸ਼ਾਮ ਤੱਕ ਆਪਣੇ ਦੁਨਿਆਵੀ ਕੰਮ ਧੰਦੇ ਕਰਦੇ ਰਹਿਣਾ। ਜੋ ਪਰਿਵਾਰ ਦੀ ਜ਼ਿੰਮੇਵਾਰੀ ਸੀ ਉਹਨੂੰ ਨਿਭਾਉਣ ਦੇ ਲਈ ਜਿਉਂ ਸਵੇਰ ਤੋਂ ਘਰੋਂ ਬਾਹਰ ਨਿਕਲਣਾ, ਸ਼ਾਮ ਨੂੰ ਘਰ ਪਰਤਣਾ। ਕਹਿੰਦੇ ਇਸੇ ਤਰ੍ਹਾਂ ਹੀ ਉਹਦੀ ਜ਼ਿੰਦਗੀ ਬੀਤ ਰਹੀ ਸੀ। ਕਹਿੰਦੇ ਸਮਾਂ ਬੀਤਦਾ ਗਿਆ, ਉਹਦਾ ਅੰਤ ਸਮਾਂ ਨੇੜੇ ਆ ਗਿਆ। ਜੋ ਪਰਮਾਤਮਾ ਨੇ ਉਹਨੂੰ ਸਵਾਸਾਂ ਦੀ ਪੂੰਜੀ ਦਿੱਤੀ ਸੀ ਉਹ ਖਤਮ ਹੋ ਗਈ, ਭਾਵ ਕਿ ਉਹ ਮਨੁੱਖ ਅਕਾਲ ਚਲਾਣਾ ਕਰ ਗਿਆ। ਕਹਿੰਦੇ ਅਕਾਲ ਚਲਾਣਾ ਕਰਨ ਤੋਂ ਬਾਅਦ ਜਦ ਉਹ ਮਨੁੱਖ ਨੂੰ ਜਮਦੂਤ ਜਮਰਾਜ ਦੇ ਕੋਲ ਲੈ ਕੇ ਗਏ ਤਾਂ ਜਮਰਾਜ ਨੇ ਕਿਹਾ, ਜਾਓ ਭਾਈ ਇਹਦਾ ਵਹੀ ਖਾਤਾ ਚੈੱਕ ਕਰੋ, ਇਹਦੇ ਕਰਮਾਂ ਦਾ ਲੇਖਾ ਜੋਖਾ ਦੇਖੋ, ਕਿਉਂਕਿ ਇਹਨੂੰ ਧਰਤੀ ਦੇ ਉੱਤੇ ਸਭ ਤੋਂ ਉੱਤਮ ਜੂਣ ਮਿਲੀ ਸੀ, ਇਹ ਮਨੁੱਖੀ ਜਾਮੇ ਦੇ ਵਿੱਚ ਰਿਹਾ ਹੈ, ਤਾਂ ਦੇਖੋ ਇਹਦੇ ਪੱਲੇ ਨੇਕ ਕਮਾਈ ਕਿੰਨੀ ਗਿਆ, ਨਾਮ ਦੀ ਕਮਾਈ ਕਿੰਨੀ ਗਿਆ। ਕਹਿੰਦੇ ਜਮਦੂਤ ਉਹਨੂੰ ਇੱਕ ਪਾਸੇ ਲੈ ਗਏ, ਉਹਦੇ ਤੋਂ ਪੁੱਛ ਗਿੱਛ ਕਰਨ ਲੱਗੇ, ਕਿਹਾ ਕਿ ਹਾਂ ਭਾਈ ਦੱਸ, ਤੂੰ ਧਰਤੀ ਦੇ ਉੱਤੇ ਰਹਿ ਕੇ ਕਿੰਨਾ ਕੁ ਨਾਮ ਜਪਿਆ, ਕਿੰਨੇ ਕੁ ਨੇਕ ਕੰਮ ਕੀਤੇ ਆ। ਕਹਿੰਦੇ ਉਹ ਮਨੁੱਖ ਕਹਿਣ ਲੱਗਾ ਕਿ ਜਮਦੂਤ ਜੀ, ਮੈਂ ਤਾਂ ਕਦੇ ਨਾਮ ਨਹੀਂ ਜਪਿਆ, ਕਦੇ ਭਜਨ ਬੰਦਗੀ ਨਹੀਂ ਕੀਤੀ, ਮੈਂ ਤਾਂ ਸਾਰਾ ਦਿਨ ਆਪਣੇ ਪਰਿਵਾਰ ਦੇ ਪਾਲਣ ਪੋਸ਼ਣ ਦੇ ਲਈ ਕੰਮ ਧੰਦਾ ਕਰਦਾ ਰਿਹਾ, ਬਸ ਆਪਣੇ ਦੁਨਿਆਵੀ ਕੰਮ ਧੰਦੇ ਕੀਤੇ ਆ, ਮੇਰੇ ਕੋਲ ਨਾਮ ਦੀ ਕਮਾਈ ਨਹੀਂ ਆ। ਕਹਿੰਦੇ ਜਮਦੂਤ ਉਹਨੂੰ ਫੜ ਕੇ ਫਿਰ ਜਮਰਾਜ ਜੀ ਦੇ ਕੋਲ ਲੈ ਗਏ, ਜਾ ਕੇ ਕਹਿਣ ਲੱਗੇ, ਜਮਰਾਜ ਜੀ ਇਹਨੇ ਧਰਤੀ ਦੇ ਉੱਤੇ ਰਹਿ ਕੇ ਮਨੁੱਖੀ ਜਾਮੇ ਦੇ ਵਿੱਚ ਵੀ ਨਾਮ ਨਹੀਂ ਜਪਿਆ, ਨਾਮ ਦੀ ਕਮਾਈ ਨਹੀਂ ਕੀਤੀ, ਤੁਹਾਡਾ ਹੁਕਮ ਹੋਵੇ ਤਾਂ ਇਹਨੂੰ ਅਸੀਂ ਨਰਕ ਦੇ ਵਿੱਚ ਸੁੱਟ ਦੇਈਏ। ਤਾਂ ਕਹਿੰਦੇ ਜਮਰਾਜ ਨੇ ਕਿਹਾ, ਨਹੀਂ ਭਾਈ ਇਹਦੀ ਥਾਂ ਨਰਕਾਂ ਦੇ ਵਿੱਚ ਨਹੀਂ ਆ, ਕਿਉਂਕਿ ਅਸੀਂ ਇਹਦੇ ਪੱਲੇ ਨੇਕ ਕਮਾਈ ਦੇਖ ਰਹੇ ਹਾਂ, ਇਹਦੇ ਤੋਂ ਚੰਗੀ ਤਰ੍ਹਾਂ ਪੁੱਛ ਗਿੱਛ ਕਰੋ, ਜ਼ਰੂਰ ਇਹਨੇ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਚੰਗਾ ਕੰਮ ਕੀਤਾ ਹੈ। ਕਹਿੰਦੇ ਉਹ ਜਮਦੂਤਾਂ ਨੇ ਫਿਰ ਇਸ ਮਨੁੱਖ ਨੂੰ ਪੁੱਛਿਆ ਕਿ ਭਾਈ ਚੰਗੀ ਤਰ੍ਹਾਂ ਚੇਤੇ ਕਰਕੇ ਦੱਸ ਦੇ, ਹੋ ਸਕਦਾ ਕਦੇ ਤੂੰ ਨਾਮ ਜਪਿਆ ਹੋਵੇ, ਭਜਨ ਬੰਦਗੀ ਕੀਤੀ ਹੋਵੇ। ਪਰ ਕਹਿੰਦੇ ਇਸ ਮਨੁੱਖ ਨੇ ਫਿਰ ਉਹੀ ਜਵਾਬ ਦਿੱਤਾ ਕਿ ਨਹੀਂ ਜਮਦੂਤ ਜੀ, ਮੈਂ ਸਿਰਫ ਦੁਨਿਆਵੀ ਕੰਮ ਧੰਦੇ ਕੀਤੇ ਆ, ਕਦੇ ਵੀ ਭਜਨ ਬੰਦਗੀ ਨਹੀਂ ਕੀਤੀ। ਕਹਿੰਦੇ ਜਮਦੂਤ ਇਹਨੂੰ ਫੜ ਕੇ ਜਮਰਾਜ ਜੀ ਦੇ ਕੋਲ ਲੈ ਗਏ, ਕਹਿਣ ਲੱਗੇ, ਮਹਾਰਾਜ
ਅਸੀਂ ਤਾਂ ਇਹਦੇ ਤੋਂ ਪੁੱਛ ਕੇ ਦੇਖ ਲਿਆ, ਸਾਨੂੰ ਤਾਂ ਉਹੀ ਜਵਾਬ ਦਿੰਦਾ ਹੈ, ਤੁਸੀਂ ਖੁਦ ਹੀ ਪੁੱਛ ਲਓ। ਕਹਿੰਦੇ ਯਮਰਾਜ ਨੇ ਇਸ ਮਨੁੱਖ ਨੂੰ ਕਿਹਾ ਵੀ ਭਾਈ ਸਾਨੂੰ ਚੰਗੀ ਤਰ੍ਹਾਂ ਚੇਤੇ ਕਰਕੇ ਦੱਸ, ਤੂੰ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੀ ਕੰਮ ਕਰਦਾ ਰਿਹਾ। ਤੇ ਕਹਿੰਦੇ ਇਸ ਮਨੁੱਖ ਨੇ ਕਿਹਾ ਯਮਰਾਜ ਜੀ, ਮੈਂ ਸਵੇਰੇ ਸਵੇਰ ਆਪਣੇ ਘਰ ਤੋਂ ਕੰਮ ਨੂੰ ਨਿਕਲ ਪੈਂਦਾ ਸਾਂ ਅਤੇ ਸ਼ਾਮ ਨੂੰ ਘਰ ਵਾਪਸ ਆਉਂਦਾ ਸਾਂ। ਬਸ ਆਉਂਦੇ ਜਾਂਦੇ ਸਮੇਂ ਸਿਰਫ ਇੱਕ ਕੰਮ ਕਰਦਾ ਸੀ ਕਿ ਰਸਤੇ ਦੇ ਵਿੱਚ ਜੇ ਮੈਨੂੰ ਕੋਈ ਰੋੜਾ ਦਿਸਦਾ, ਜੇ ਮੈਨੂੰ ਕੋਈ ਕੰਡਾ ਦਿਸਦਾ, ਉਹਨੂੰ ਮੈਂ ਚੁੱਕ ਕੇ ਪਰਾਂ ਸੁੱਟ ਦਿੰਦਾ ਸਾਂ, ਤਾਂ ਜੋ ਆਉਂਦੇ ਜਾਂਦੇ ਰਾਹੀਆਂ ਦੇ ਪੈਰਾਂ ਦੇ ਵਿੱਚ ਇਹ ਰੋੜੇ ਨਾ ਵੱਜਣ, ਇਹ ਕੰਡੇ ਨਾ ਚੁਭਣ, ਬਸ ਇਹੋ ਕੰਮ ਕਰਦਾ ਸਾਂ। ਯਮਰਾਜ ਜੀ ਇਹ ਗੱਲ ਸੁਣ ਕੇ ਬੜੇ ਖੁਸ਼ ਹੋਏ ਅਤੇ ਕਿਹਾ, ਬਸ ਇਹੀ ਕੰਮ ਕਰਨ ਦੇ ਲਈ ਤਾਂ ਤੈਨੂੰ ਧਰਤੀ ਦੇ ਉੱਤੇ ਭੇਜਿਆ ਸੀ, ਇਹੀ ਕੰਮ ਕਰਨ ਦੇ ਲਈ ਤਾਂ ਤੈਨੂੰ ਮਨੁੱਖੀ ਜਾਮਾ ਮਿਲਿਆ ਸੀ ਕਿ ਤੂੰ ਦੂਜਿਆਂ ਦੇ ਜੀਵਨ ਦੇ ਵਿੱਚੋਂ ਕੰਡੇ ਚੁੱਗ ਸਕੇ, ਉਹਨਾਂ ਦੇ ਰਾਹ ਦੇ ਰੋੜੇ ਦੂਰ ਕਰ ਸਕੇ, ਭਾਵ ਕਿ ਸਰਬੱਤ ਦਾ ਭਲਾ ਕਰਨ ਦੇ ਲਈ ਹੀ ਤੈਨੂੰ ਇਹ ਮਨੁੱਖੀ ਜਾਮਾ ਮਿਲਿਆ ਸੀ, ਤੂੰ ਆਪਣਾ ਸਹੀ ਕੰਮ ਕਰਕੇ ਆਇਆ ਹੈ। ਸੋ ਇਹ ਕਹਾਣੀ ਮਹਾਂਪੁਰਖ ਜੀ ਸੁਣਾ ਕੇ ਇਹੀ ਸਮਝਾਉਂਦੇ ਸੀ ਕਿ ਭਾਈ ਆਪਾਂ ਭਜਨ ਬੰਦਗੀ ਕਰਦੇ ਹਾਂ, ਆਪਾਂ ਪਾਠ ਕਰਦੇ ਹਾਂ, ਤਾਂ ਪਾਠ ਕਰਨ ਦੇ ਪਿੱਛੇ, ਭਜਨ ਬੰਦਗੀ ਸਿਮਰਨ ਕਰਨ ਦੇ ਪਿੱਛੇ ਮਕਸਦ ਕੀ ਹੁੰਦਾ ਹੈ ਕਿ ਸਾਡੀ ਇਹ ਅਵਸਥਾ ਬਣ ਜਾਵੇ ਕਿ ਸਾਡੇ ਮਨ ਦੇ ਜੋ ਵੀ ਵਿਸ਼ੇ ਵਿਕਾਰ ਨੇ, ਜਿਵੇਂ ਕਿ ਗੁੱਸਾ, ਈਰਖਾ, ਹੰਕਾਰ, ਜੋ ਵੀ ਵਿਸ਼ੇ ਵਿਕਾਰ ਨੇ, ਜੋ ਵੀ ਔਗਣ ਨੇ, ਉਹ ਸਾਡੇ ਮਨ ਦੇ ਵਿੱਚੋਂ ਦੂਰ ਹੋ ਜਾਣ, ਸਾਡੇ ਮਨ ਦੀ ਮੈਲ ਸਾਫ਼ ਹੋਵੇ, ਸਾਡੇ ਮਨ ਦੇ ਵਿੱਚ ਦੂਜਿਆਂ ਦੇ ਪ੍ਰਤੀ ਤਰਸ ਦਇਆ ਦੀ ਭਾਵਨਾ ਪੈਦਾ ਹੋਵੇ, ਅਸੀਂ ਕਿਸੇ ਦਾ ਭਲਾ ਕਰ ਸਕੀਏ। ਇਸੇ ਅਵਸਥਾ ਨੂੰ ਪ੍ਰਾਪਤ ਕਰਨ ਦੇ ਲਈ ਅਸੀਂ ਭਜਨ ਬੰਦਗੀ ਕਰਦੇ ਹਾਂ, ਪਾਠ ਪੂਜਾ ਕਰਦੇ ਹਾਂ, ਪਰ ਕੁੱਝ ਲੋਕ ਧਾਰਮਿਕ ਹੋ ਕੇ ਵੀ ਮਾੜੇ ਕੰਮ ਕਰਦੇ ਨੇ, ਮਨ ਦੇ ਵਿੱਚ ਈਰਖਾ ਰੱਖੀ ਫਿਰਦੇ ਆ, ਮਨ ਵਿੱਚ ਗੁੱਸਾ ਚੁੱਕੀ ਫਿਰਦੇ ਆ। ਕਈ ਵਾਰ ਕੁਝ ਲੋਕ ਮਾੜਾ ਕੰਮ ਕਰਕੇ ਇਹੀ ਸੋਚਦੇ ਨੇ ਵੀ ਅਸੀਂ ਮਾੜਾ ਕਰ ਰਹੇ ਹਾਂ, ਸਾਨੂੰ ਕਿਹੜਾ ਕੋਈ ਦੇਖ ਰਿਹਾ ਹੈ, ਪਰ ਇਹ ਜੋ ਵੀ ਅਸੀਂ ਚੰਗੇ ਮਾੜੇ ਕੰਮ ਕਰਦੇ ਹਾਂ ਨਾ, ਇਹ ਧਰਮ ਰਾਜ ਦੇ ਵਹੀ ਖਾਤੇ ਦੇ ਵਿੱਚ ਨਾਲ ਦੀ ਨਾਲ ਲਿਖਿਆ ਜਾਂਦਾ ਹੈ। ਇਹੀ ਚੰਗੇ ਮਾੜੇ ਕੰਮ ਸਾਡੇ ਚੰਗੇ ਮਾੜੇ ਲੇਖ ਲਿਖਦੇ ਆ। ਜੋ ਮਨੁੱਖ ਚੰਗੇ ਕੰਮ ਕਰਦੇ ਨੇ ਉਹਨਾਂ ਨੂੰ ਚੰਗਾ ਫਲ ਮਿਲਦਾ ਹੈ, ਪਰ ਜੋ ਲੋਕ ਅੱਜ ਜਾਣੇ ਅਣਜਾਣੇ ਦੇ ਵਿੱਚ ਮਾੜੇ ਕੰਮ ਕਰਦੇ ਨੇ, ਫਿਰ ਉਹਨਾਂ ਮਾੜੇ ਕੰਮਾਂ ਦਾ ਨਤੀਜਾ ਜਦੋਂ ਖੁਦ ਨੂੰ ਭੁਗਤਣਾ ਪੈਂਦਾ ਹੈ, ਫਿਰ ਚੀਕਾਂ ਨਿਕਲਦੀਆਂ ਨੇ, ਫਿਰ ਉਹ ਇੱਧਰ ਉੱਧਰ ਭੱਜੇ ਫਿਰਦੇ ਆ, ਭਟਕਦੇ ਆ ਕਿ ਸਾਡੇ ਨਾਲ ਇਹ ਕੀ ਬਣਿਆ, ਸਾਡੇ ਨਾਲ ਇਹ ਮਾੜਾ ਕਿਉਂ ਹੋਇਆ, ਫਿਰ ਉਹ ਰੱਬ ਨੂੰ ਦੋਸ਼ ਦਿੰਦੇ ਆ, ਕਦੀ ਕਿਸਮਤ ਨੂੰ ਦੋਸ਼ ਦਿੰਦੇ ਆ, ਕਦੀ ਆਪਣੇ ਆਸ ਪਾਸ ਦੇ ਲੋਕਾਂ ਨੂੰ ਦੋਸ਼ ਦਿੰਦੇ ਆ ਵੀ ਅਸੀਂ ਇਹਨਾਂ ਕਰਕੇ ਦੁਖੀ ਹੋਏ। ਪਰ ਮਹਾਂਪੁਰਖ ਜੀ ਸਮਝਾਉਂਦੇ ਹੋਏ ਕਹਿੰਦੇ ਕਿ ਭਾਈ ਕੋਈ ਵੀ ਕਿਸੇ ਦੇ ਕਾਰਨ ਕਰਕੇ ਦੁਖੀ ਨਹੀਂ ਹੁੰਦਾ, ਜੋ ਵੀ ਦੁੱਖ ਸੁੱਖ ਨੇ ਨਾ, ਇਹ ਸਾਨੂੰ ਸਾਡੇ ਹੀ ਕੀਤੇ ਹੋਏ ਕਰਮਾਂ ਦਾ ਫਲ ਮਿਲਦਾ ਹੈ। ਇਸ ਕਰਕੇ ਜ਼ਿੰਦਗੀ ਦੇ ਵਿੱਚ ਹਮੇਸ਼ਾ ਚੰਗੇ ਕੰਮ ਕਰਨੇ ਚਾਹੀਦੇ ਆ, ਕਿਉਂਕਿ ਜੇ ਅਸੀਂ ਚੰਗਾ ਕਰਾਂਗੇ ਤਾਂ ਸਾਡੇ ਨਾਲ ਆਪਣੇ ਆਪ ਸਭ ਕੁਝ ਚੰਗਾ ਹੋਵੇਗਾ। ਗੁਰੂ ਨਾਨਕ ਪਾਤਸ਼ਾਹ ਦੇ ਘਰ ਦਾ ਪਹਿਲਾ ਸਿਧਾਂਤ ਆ ਸਰਬੱਤ ਦਾ ਭਲਾ ਕਰਨਾ। ਸਿੱਖ ਦੀ ਤਾਂ ਅਰਦਾਸ ਵੀ ਉਨੀ ਦੇਰ ਤੱਕ ਪੂਰੀ ਨਹੀਂ ਹੁੰਦੀ ਜਿੰਨੀ ਦੇਰ ਤੱਕ ਉਹ ਆਪਣੀ ਅਰਦਾਸ ਦੇ ਵਿੱਚ ਸਰਬੱਤ ਦਾ ਭਲਾ ਨਹੀਂ ਮੰਗਦਾ, ਭਾਵ ਕਿ ਸਾਨੂੰ ਆਪਣਾ ਭਲਾ ਮੰਗਣ ਤੋਂ ਪਹਿਲਾਂ ਦੂਜਿਆਂ ਦਾ ਭਲਾ ਮੰਗਣ ਦਾ ਹੁਕਮ ਆ, ਤਾਂ ਹੀ ਸਾਡਾ ਭਲਾ ਹੋਵੇਗਾ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਮਨ ਦੇ ਵਿੱਚ ਕਦੇ ਵੀ ਕਿਸੇ ਦੇ ਪ੍ਰਤੀ ਕੋਈ ਈਰਖਾ ਨਹੀਂ ਰੱਖਣੀ, ਕਦੇ ਵੀ ਆਪਣੀਆਂ ਚੀਜ਼ਾਂ ਦਾ ਹੰਕਾਰ ਨਹੀਂ ਕਰਨਾ। ਜਿੰਨਾ ਹੀ ਸਾਡਾ ਮਨ ਮਾੜੇ ਖਿਆਲਾਂ ਤੋਂ, ਮਾੜੀ ਸੋਚ ਤੋਂ ਬਚਿਆ ਰਹੇਗਾ, ਓਨਾ ਹੀ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਰਹਾਂਗੇ। ਤਾਂ ਭੁੱਲ ਕੇ ਵੀ
ਕਦੇ ਜਾਣੇ ਅਣਜਾਣੇ ਦੇ ਵਿੱਚ ਵੀ ਕਿਸੇ ਦੇ ਪ੍ਰਤੀ ਮਨ ਵਿੱਚ ਈਰਖਾ ਨਹੀਂ ਰੱਖਣੀ, ਕਿਸੇ ਦੇ ਪ੍ਰਤੀ ਮਾੜੀ ਸੋਚ ਨਹੀਂ ਰੱਖਣੀ। ਜੇ ਕਿਸੇ ਦਾ ਚੰਗਾ ਨਹੀਂ ਕਰ ਸਕਦੇ ਤਾਂ ਮਾੜਾ ਵੀ ਨਹੀਂ ਕਰਨਾ। ਪਹਿਲੀ ਕੋਸ਼ਿਸ਼ ਸਾਡੀ ਇਹ ਹੋਵੇ ਕਿ ਸਾਡੇ ਹੱਥੋਂ ਹਰ ਰੋਜ਼ ਕਿਸੇ ਨਾ ਕਿਸੇ ਜੀਅ ਦਾ ਭਲਾ ਜ਼ਰੂਰ ਹੋਵੇ, ਕਿਉਂਕਿ ਇਸ ਦੁਨੀਆਂ ਦੇ ਉੱਤੇ ਆਪਾਂ ਜੋ ਮਰਜ਼ੀ ਕਰ ਲਈਏ, ਧਨ ਦੌਲਤ ਜ਼ਮੀਨ ਜਾਇਦਾਦ ਕਮਾ ਲਈਏ, ਪਰ ਨਾਲ ਜਾਣੀ ਆ ਨੇਕ ਕਮਾਈ। ਜੇ ਸਾਡੇ ਪੱਲੇ ਨੇਕ ਕਮਾਈ ਆ ਨਾ, ਤਾਂ ਸਾਡੀ ਭਜਨ ਬੰਦਗੀ ਸੇਵਾ ਸਿਮਰਨ ਘੱਟ ਵੀ ਹੋਵੇਗਾ ਤਾਂ ਵੀ ਚੱਲ ਜਾਵੇਗਾ। ਤਾਂ ਚੰਗੇ ਕਰਮ ਕਮਾਉਣੇ ਆ, ਕਰਮਾਂ ਦਾ ਫਲ ਹੀ ਸਾਨੂੰ ਮਿਲਣਾ ਹੈ, ਅਤੇ ਇਹ ਚੰਗੇ ਕਰਮਾਂ ਨੇ ਹੀ ਸਾਨੂੰ ਅਗਲੀ ਦਰਗਾਹ ਦੇ ਵਿੱਚ ਬਚਾਉਣਾ ਹੈ। ਤਾਂ ਫਿਰ ਆਓ, ਜੋ ਪਿੱਛੇ ਹੋ ਗਿਆ, ਭਾਵੇਂ ਅਸੀਂ ਜਾਣੇ ਅਣਜਾਣੇ ਦੇ ਵਿੱਚ ਮਾੜੇ ਕੰਮ ਕੀਤੇ, ਭਾਵੇਂ ਜਾਣ ਬੁੱਝ ਕੇ ਕੀਤੇ, ਉਹਨਾਂ ਦੀ ਮਾਫ਼ੀ ਮੰਗੀਏ ਸਤਿਗੁਰ ਸੱਚੇ ਪਾਤਸ਼ਾਹ ਦੇ ਅੱਗੇ। ਅਰਦਾਸ ਬੇਨਤੀ ਕਰੀਏ ਕਿ ਸਤਿਗੁਰ ਸੱਚੇ ਪਾਤਸ਼ਾਹ, ਜੋ ਪਿੱਛੇ ਹੋ ਗਿਆ ਉਹਨਾਂ ਭੁੱਲਾਂ ਦੀਆਂ ਮਾਫ਼ੀਆਂ ਬਖਸ਼ ਦਿਓ, ਪਰ ਅੱਗੇ ਤੋਂ ਸਿਰ ਦੇ ਉੱਤੇ ਮਿਹਰ ਭਰਿਆ ਹੱਥ ਰੱਖ ਕੇ ਮੈਨੂੰ ਚੰਗੇ ਰਾਹੇ ਪਾਓ। ਸਤਿਗੁਰ ਸੱਚੇ ਪਾਤਸ਼ਾਹ, ਮੇਰੇ ਇਹ ਕਦਮ ਭੁੱਲ ਕੇ ਵੀ ਕਦੇ ਮਾੜੇ ਰਾਹ ਨਾ ਜਾਣ। ਸਤਿਗੁਰ ਸੱਚੇ ਪਾਤਸ਼ਾਹ, ਮੇਰੇ ਇਹਨਾਂ ਹੱਥਾਂ ਕੋਲੋਂ ਕਦੇ ਵੀ ਕਿਸੇ ਦਾ ਮਾੜਾ ਨਾ ਹੋਵੇ, ਇਹ ਹੱਥ ਹਮੇਸ਼ਾ ਦੂਜਿਆਂ ਦੇ ਭਲੇ ਦੇ ਲਈ ਅੱਗੇ ਆਉਣ। ਇਹਨਾਂ ਹੱਥਾਂ ਨੂੰ ਸੇਵਾ ਦਾ ਦਾਨ ਬਖਸ਼ੋ, ਇਹਨਾਂ ਕੰਨਾਂ ਨੂੰ ਨਿੰਦਿਆ ਤੋਂ ਬਚਾਓ, ਇਹ ਜੀਭ ਦੇ ਵਿੱਚੋਂ ਕਦੇ ਕਿਸੇ ਦੇ ਪ੍ਰਤੀ ਮਾੜੇ ਸ਼ਬਦ ਕੌੜੇ ਬੋਲ ਨਾ ਨਿਕਲਣ, ਭਾਵ ਕਿ ਮੇਰੇ ਕੋਲੋਂ ਕਿਸੇ ਵੀ ਪ੍ਰਕਾਰ ਦੇ ਨਾਲ ਕਦੇ ਕਿਸੇ ਦਾ ਮਾੜਾ ਨਾ ਹੋਵੇ। ਸਤਿਗੁਰ ਸੱਚੇ ਪਾਤਸ਼ਾਹ, ਮੇਰੇ 'ਤੇ ਇੰਨੀ ਕੁ ਕਿਰਪਾ ਕਰੋ ਕਿ ਮੈਂ ਕਿਸੇ ਦੇ ਕੰਮ ਆ ਸਕਾਂ। ਸਤਿਗੁਰ ਸੱਚੇ ਪਾਤਸ਼ਾਹ, ਮੈਨੂੰ ਇੰਨਾ ਕੁ ਦਿਓ ਜਿਹਦੇ ਨਾਲ ਮੈਂ ਦੂਜਿਆਂ ਦੀ ਮਦਦ ਕਰ ਸਕਾਂ, ਭਾਵ ਕਿ ਹਮੇਸ਼ਾ ਸਤਿਗੁਰ ਸੱਚੇ ਪਾਤਸ਼ਾਹ ਤੋਂ ਸਰਬੱਤ ਦੇ ਭਲੇ ਦੀ ਅਰਦਾਸ ਕਰਨੀ ਆ, ਅਤੇ ਖੁਦ ਦੇ ਲਈ ਸੇਵਾ ਸਿਮਰਨ ਮੰਗਣਾ ਹੈ ਕਿ ਪਾਤਸ਼ਾਹ ਮੈਨੂੰ ਵੀ ਸੇਵਾ ਕਰਨ ਦਾ ਬਲ ਬਖਸ਼ੋ, ਮੇਰੇ ਮਨ ਦੇ ਜੋ ਵੀ ਵਿਸ਼ੇ ਵਿਕਾਰ ਨੇ ਇਹਨਾਂ ਨੂੰ ਦੂਰ ਕਰੋ। ਸੰਗਤ ਜੀ, ਜਦੋਂ ਹੀ ਸਾਡੇ ਮਨ ਦੇ ਵਿੱਚ ਦੂਜਿਆਂ ਦੇ ਪ੍ਰਤੀ ਤਰਸ ਦੀ ਦਇਆ ਦੀ ਭਾਵਨਾ ਆਉਣੀ ਸ਼ੁਰੂ ਹੋ ਜਾਵੇ, ਸਮਝੋ ਸਾਡੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਦਾ ਹੱਥ ਆ ਗਿਆ। ਸਤਿਗੁਰ ਸੱਚੇ ਪਾਤਸ਼ਾਹ ਦੀ ਮਿਹਰ ਹੋਵੇ ਤਾਂ ਹੀ ਮਨ ਦੇ ਵਿੱਚ ਕਿਸੇ ਦੇ ਪ੍ਰਤੀ ਦਇਆ ਤਰਸ ਦੀ ਭਾਵਨਾ ਆ ਸਕਦੀ ਆ। ਕੋਸ਼ਿਸ਼ ਕਰਨੀ ਆ ਵੀ ਅਸੀਂ ਕਿਸੇ ਦੇ ਕੰਮ ਆ ਸਕੀਏ। ਇਹ ਮਨੁੱਖੀ ਜਾਮਾ ਇਸੇ ਕਰਕੇ ਹੀ ਸਾਨੂੰ ਮਿਲਿਆ ਹੈ ਕਿ ਅਸੀਂ ਕਿਸੇ ਦੇ ਕੰਮ ਆ ਸਕੀਏ। ਮਨੁੱਖ ਦੇ ਕੋਲ ਆਪਣੀ ਮਨ ਮਰਜ਼ੀ ਆ, ਮਨੁੱਖ ਆਪਣੇ ਲਈ ਵੀ ਬਹੁਤ ਕੁਝ ਕਰ ਸਕਦਾ ਹੈ, ਅਤੇ ਜੇ ਉਹ ਚਾਹੇ ਤਾਂ ਧਰਤੀ ਦੇ ਦੂਜੇ ਜੀਵਾਂ ਦੇ ਲਈ ਵੀ ਬਹੁਤ ਕੁਝ ਕਰ ਸਕਦਾ ਹੈ। ਤਾਂ ਜਿੱਥੇ ਵੀ ਸੇਵਾ ਕਰਨ ਦਾ, ਮਦਦ ਕਰਨ ਦਾ ਮੌਕਾ ਮਿਲੇ, ਇਹ ਮੌਕਾ ਹੱਥੋਂ ਨਹੀਂ ਕਮਾਉਣਾ। ਕੋਈ ਮਨੁੱਖ ਮੁਸੀਬਤ ਦੇ ਵਿੱਚ ਆ, ਕੋਈ ਜੀਵ ਜੰਤੂ ਜਾਨਵਰ ਮੁਸੀਬਤ ਦੇ ਵਿੱਚ ਆ, ਉਹਦੀ ਮਦਦ ਕਰੋ। ਮਦਦ ਕਰਦੇ ਵਕਤ ਕਦੇ ਵੀ ਸਾਡੇ ਮਨ ਦੇ ਵਿੱਚ ਭੇਦਭਾਵ ਨਹੀਂ ਹੋਣਾ ਚਾਹੀਦਾ, ਕਦੇ ਵੀ ਵਿਖਾਵਾ ਕਰਕੇ ਸੇਵਾ ਨਹੀਂ ਕਰਨੀ। ਸਿਆਣੇ ਕਹਿੰਦੇ, ਸੱਜਾ ਹੱਥ ਸੇਵਾ ਕਰੇ, ਖੱਬੇ ਨੂੰ ਪਤਾ ਨਹੀਂ ਲੱਗਣਾ ਚਾਹੀਦਾ। ਜੋ ਵੀ ਅਸੀਂ ਸੇਵਾ ਕਰਦੇ ਹਾਂ, ਜੋ ਵੀ ਚੰਗੇ ਕੰਮ ਕਰਦੇ ਹਾਂ ਨਾ, ਇਹ ਲੋਕਾਂ ਦੀ ਵਾਹ ਵਾਹ ਦੇ ਲਈ ਨਹੀਂ ਕਰਨੇ, ਇਹ ਪਰਮ ਪਿਤਾ ਪਰਮਾਤਮਾ ਜੀ ਦਾ ਸਾਡੇ ਲਈ ਹੁਕਮ ਆ, ਇਸ ਕਰਕੇ ਕਰਨੇ ਆ। ਅਤੇ ਜੋ ਹੁਕਮ ਨੂੰ ਕਮਾਉਂਦੇ ਨੇ ਉਹੀ ਸਤਿਗੁਰ ਸੱਚੇ ਪਾਤਸ਼ਾਹ ਨੂੰ ਪਿਆਰੇ ਲੱਗਦੇ ਨੇ। ਸੋ ਅੱਜ ਦੀ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਸੀ ਕਿ ਭਜਨ ਬੰਦਗੀ ਵੀ ਕਰਨੀ ਆ, ਕਿਤੇ ਇਹ ਨਾ ਹੋਵੇ ਕਿ ਇਸ ਕਹਾਣੀ ਨੂੰ ਸੁਣ ਕੇ ਆਪਾਂ ਦੂਜੇ ਪਾਸੇ ਤੁਰ ਪਈਏ ਵੀ ਕਿ ਭਜਨ ਬੰਦਗੀ ਕੀਤੇ ਤੋਂ ਬਿਨਾਂ ਹੀ ਸਰ ਜਾਵੇਗਾ। ਭਜਨ ਬੰਦਗੀ ਕਰਨੀ ਵੀ ਜ਼ਰੂਰੀ ਆ, ਨਾਲ ਨਾਲ ਨੇਕ ਕੰਮ ਕਰਨੇ ਵੀ ਜ਼ਰੂਰੀ ਨੇ। ਜਦੋਂ ਆਪਾਂ ਨੇਕ ਕੰਮ ਕਰਦੇ ਹਾਂ, ਚੰਗੇ ਕੰਮ ਕਰਦੇ ਹਾਂ, ਉਹਨਾਂ ਚੰਗੇ ਕੰਮਾਂ ਦਾ ਸਾਨੂੰ ਇੱਥੇ ਵੀ ਫਲ ਮਿਲਦਾ ਹੈ, ਅੱਗੇ ਜਾ ਕੇ ਵੀ ਫਲ ਮਿਲਦਾ ਹੈ, ਭਾਵ ਕਿ ਲੋਕ ਪਰਲੋਕ ਦੋਵੇਂ ਹੀ ਸੁਹੇਲੇ ਹੋ ਜਾਂਦੇ ਨੇ। ਤਾਂ ਇਸ ਕਰਕੇ ਆਪਾਂ
ਇਹ ਦੋਵੇਂ ਕੰਮ ਨਾਲ ਨਾਲ ਕਰਨੇ ਆ। ਨਾਮ ਵੀ ਜਪਣਾ ਹੈ, ਨੇਕ ਕਮਾਈ ਵੀ ਕਰਨੀ ਆ, ਆਪਣੇ ਪੁੰਨ ਬਣਾਉਣੇ ਨੇ, ਚੰਗੇ ਕੰਮ ਕਰਨੇ ਨੇ। ਕਦੇ ਵੀ ਕਿਸੇ ਦੇ ਦੁੱਖ ਦਾ ਕਾਰਨ ਨਹੀਂ ਬਣਨਾ। ਜੇਕਰ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਆ ਤਾਂ ਫਿਰ ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ। ਪਰ ਜੇਕਰ ਕੋਈ ਵੀ ਗੱਲ ਵਿੱਚੋਂ ਤੁਹਾਨੂੰ ਚੰਗੀ ਨਾ ਲੱਗੀ ਹੋਵੇ ਤਾਂ ਫਿਰ ਆਪਣੀ ਛੋਟੀ ਜਾਂ ਵੱਡੀ ਭੈਣ ਸਮਝ ਕੇ ਮੁਆਫ਼ ਕਰ ਦੇਣਾ। ਵੀਡੀਓ ਦੇ ਵਿੱਚ ਜੋ ਵੀ ਕਹਾਣੀ ਆਪਾਂ ਆਪ ਜੀ ਦੇ ਨਾਲ ਸਾਂਝੀ ਕੀਤੀ, ਮਹਾਂਪੁਰਖਾਂ ਪਾਸੋਂ ਸੁਣੀ ਸੀ ਕਹਾਣੀ, ਭਾਵੇਂ ਕਾਲਪਨਿਕ ਆ ਪਰ ਕਹਾਣੀ ਦੀ ਸਿੱਖਿਆ ਬਹੁਤ ਵੱਡੀ ਆ। ਅਤੇ ਆਪਾਂ ਕਹਾਣੀ ਦੇ ਪਾਤਰਾਂ ਵੱਲ ਨਹੀਂ ਜਾਣਾ, ਘਟਨਾਵਾਂ ਵੱਲ ਨਹੀਂ ਜਾਣਾ, ਆਪਾਂ ਕਹਾਣੀ ਤੋਂ ਸਿੱਖਿਆ ਲੈਣੀ ਆ। ਕਿਉਂਕਿ ਜੋ ਵੀ ਕਥਾ ਕਹਾਣੀਆਂ ਸੁਣਾਈਆਂ ਜਾਂਦੀਆਂ ਨੇ ਉਹਨਾਂ ਦੇ ਪਿੱਛੇ ਦਾ ਮਕਸਦ ਇਹ ਹੁੰਦਾ ਵੀ ਸਾਡੇ ਜੀਵਨ ਨੂੰ ਚੰਗੀ ਸੇਧ ਮਿਲ ਸਕੇ, ਸਾਡਾ ਜੀਵਨ ਚੰਗੇ ਪਾਸੇ ਲੱਗ ਜਾਵੇ।